ਦੁੱਧ ਦੇ ਲੰਗਰ ਦੀ ਸੇਵਾ ਕਰ ਰਹੇ ਨੌਜਵਾਨ ਦਾ ਕੀਤਾ ਕਤਲ। ਵੇਖੋ ਕਿਵੇਂ ਕੁੱਟ ਕੁੱਟ ਕੇ ਮਾਰ ਦਿੱਤਾ ਨੌਜਵਾਨ। ਮੌਕੇ ਦੀ ਸੀਸੀਟੀਵੀ ਵੀਡੀਓ ਵੀ ਆਈ ਸਾਹਮਣੇ। ਦੱਸਦੇ ਕਿ ਵੱਡੀ ਵਾਰਦਾਤ ਹੋਈ ਹੈ ਜਿੱਥੇ ਇੱਕ ਨੌਜਵਾਨ ਜੋ ਕਿ ਦੁੱਧ ਦੇ ਲੰਗਰ ਦੀ ਸੇਵਾ ਕਰ ਰਿਹਾ ਸੀ ਉਸਨੂੰ ਕਈ ਲੋਕਾਂ ਦੇ ਵੱਲੋਂ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ ਹੈ, ਜਿਸਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਦੱਸਦੇ ਕਿ ਮ੍ਰਿਤਕ ਦੀ ਪਹਿਚਾਣ ਸਾਹਿਲ ਦੇ ਰੂਪ ਦੇ ਵਿੱਚ ਹੋਈ ਹੈ ਅਤੇ ਇਹ ਪੁਰਾਣੀ ਰੰਜਿਸ਼ ਨੂੰ ਲੈ ਕੇ ਮਾਮਲਾ ਦੱਸਿਆ ਜਾ ਰਿਹਾ, ਜਿਸ ਦੇ ਵਿੱਚ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਜਿੱਥੇ ਨੌਜਵਾਨ ਨਗਰ ਕੀਰਤਨ ਦੇ ਵਿੱਚ ਦੁੱਧ ਦੇ ਲੰਗਰ ਦੀ ਸੇਵਾ ਕਰ ਰਿਹਾ ਸੀ ਤਾਂ ਮੌਕੇ 'ਤੇ ਕਈ ਨੌਜਵਾਨ ਆ ਕੇ ਉਸ ਨੂੰ ਘੇਰ ਲੈਂਦੇ ਆ। ਵੇਖੋ ਕਿਸ ਤਰੀਕੇ ਦੇ ਨਾਲ ਇਹ ਟਰੈਕਟਰ 'ਤੇ ਸਵਾਰ ਹੋ ਕੇ ਕਈ ਸੰਖਿਆ ਦੇ ਵਿੱਚ ਆਉਂਦੇ ਨੇ, ਜਿਸ ਤੋਂ ਬਾਅਦ ਇਸਦੀ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਇਸਦੀ ਮੌਤ ਹੋ ਜਾਂਦੀ ਹੈ। ਤਾਂ ਦੱਸਦੇ ਕਿ ਮਾਮਲਾ ਹੁਸ਼ਿਆਰਪੁਰ ਦੇ ਟਾਂਡਾ ਦਾ ਹੈ, ਜਿੱਥੇ ਇਸ ਸੰਬੰਧੀ ਪੁਲਿਸ ਨੂੰ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਸਦੇ ਪੁੱਤ ਦਾ ਕਿਸੇ ਲੜਕੇ ਦੇ ਨਾਲ ਝਗੜਾ ਹੋ ਗਿਆ ਸੀ ਅਤੇ ਜਦੋਂ ਉਹ ਵਿਦੇਸ਼ ਤੋਂ ਵਾਪਸ ਆਉਂਦਾ ਹੈ ਤਾਂ ਇਹ ਤਕਰਾਰ ਫਿਰ ਤੋਂ ਹੋ ਜਾਂਦੀ ਹੈ ਅਤੇ ਇਸੀ ਰੰਜਿਸ਼ ਦੇ ਚੱਲਦੇ ਉਹ ਸ਼ਖਸ ਆਪਣੇ ਸਾਥੀਆਂ ਦੇ ਨਾਲ ਬੀਤੀ ਰਾਤ ਕਰੀਬ 8:15 ਵਜੇ ਆਉਂਦਾ ਹੈ, ਜਦ ਉਸਦਾ ਲੜਕਾ ਨਗਰ ਕੀਰਤਨ ਦੇ ਵਿੱਚ ਦੁੱਧ ਦੇ ਲੰਗਰ ਦੀ ਸੇਵਾ ਕਰ ਰਿਹਾ ਸੀ ਅਤੇ ਇਸੀ ਦੌਰਾਨ ਟਰੈਕਟਰ ਚਾਰੇ ਪਾਸੇ ਆ ਜਾਂਦੇ ਨੇ ਅਤੇ ਉਸਨੂੰ ਘੇਰ ਕੇ ਹਮਲਾ ਕਰ ਦਿੰਦੇ ਨੇ। ਜਦ ਮੌਕੇ 'ਤੇ ਉਸਦਾ ਭਰਾ ਉਸਨੂੰ ਬਚਾਉਣ ਆਉਂਦਾ ਹੈ ਤਾਂ ਇਹ ਉਹਨਾਂ 'ਤੇ ਵੀ ਹਮਲਾ ਕਰਕੇ ਜ਼ਖਮੀ ਕਰ ਦਿੰਦੇ ਨੇ। ਇਸੀ ਵਿੱਚ ਉਹਨਾਂ ਦੇ ਵੱਲੋਂ ਉਸਦੇ ਮੁੰਡੇ ਦਾ ਫੋਨ ਵੀ ਖੋਲਿਆ ਜਾਂਦਾ ਹੈ ਅਤੇ ਜਦ ਮੌਕੇ 'ਤੇ ਸੰਗਤ ਜੁੱਟ ਜਾਂਦੀ ਹੈ ਤਾਂ ਹਮਲਾਵਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ, ਜਿਸ ਤੋਂ ਬਾਅਦ ਸਾਹਿਲ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਭਰਤੀ ਕਰਵਾਇਆ ਜਾਂਦਾ ਹੈ ਪਰ ਹਾਲਤ ਗੰਭੀਰ ਹੋਣ ਦੇ ਕਾਰਨ ਉਸਨੂੰ ਹੁਸ਼ਿਆਰਪੁਰ ਦੇ ਵਿੱਚ ਰੈਫਰ ਕਰ ਦਿੱਤਾ ਜਾਂਦਾ ਹੈ ਜਿੱਥੇ ਉਸਦੀ ਮੌਤ ਹੋ ਜਾਂਦੀ ਹੈ ਅਤੇ ਹੁਣ ਪੁਲਿਸ ਨੇ ਮਾਮਲਾ ਦਰਜ ਕਰਕੇ ਇਹਨਾਂ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਗੱਲਬਾਤ ਮੇਰੇ ਕੋਲ ਇੱਥੇ ਲੰਮਾ ਪਿਆ ਹੈਗਾ, ਹਾਂਜੀ, ਛੋਟਾ ਮੁੰਡਾ ਵੀ ਇੱਕ ਨਗਰ ਕੀਰਤਨ ਤੇ ਗਿਆ ਹੈਗਾ, ਉਹ ਵੀ ਆਣ ਕੇ ਲੰਮਾ ਪੈ ਗਿਆ ਤੇ ਛੋਟਾ ਉਹ ਤੋਂ ਛੋਟਾ ਦੁੱਧ ਪਿਲਾਉਂਦੇ ਸੀਗੇ ਉੱਥੇ, ਅੱਛਾ, ਸੇਵਾ ਕਰਦੇ ਸੀਗੇ। ਉਦੋਂ ਜਿਹੜਾ ਡੇਰੇ ਵਾਲਾ ਮੁੰਡਾ ਵਾ ਉਹ ਕਹਿੰਦਾ ਤੂੰ ਮੇਰੀ ਹਲਕੀ ਦੇਖਦਾ ਵਾ, ਉਹ ਕਹਿੰਦਾ ਮੈਂ ਤੇਰੀ ਹਲਕੀ ਦੇਖਣਾ ਵਾ। ਡੇਰੇ ਵਾਲਾ ਕੌਣ ਮੁੰਡਾ? ਉਹ ਮੁੰਡੇ ਡੇਰੇ ਵਾਲੇ ਜਗ੍ਹਾ ਵਾਲੇ, ਉਹਨੇ 15-20 ਮੁੰਡੇ ਟਰੈਕਟਰ ਤੇ ਪਿੱਛੇ ਖੜੇ ਕੀਤੇ ਸੀਗੇ ਤੇ ਇਹ ਕਹਿੰਦਾ ਮੈਂ ਆਪਣੇ ਭਰਾ ਨੂੰ ਲਿਆ ਮੈਂ ਲੜਨਾ ਪੈਣਾ, ਇਹਦਾ ਕੱਛਾ ਪਾਇਆ ਮੇਰੇ ਮੁੰਡੇ ਨੇ ਉੱਠ ਕੇ ਚੱਲ ਗਿਆ। ਉੱਠ ਕੇ ਜਾਣ ਦੀ ਉਹਨੇ ਸਿੱਧਾ ਜਾਂਦੇ ਨੇ ਦਾਤਰ ਮਾਰਿਆ ਉਹਦੇ ਸਿਰ ਦੇ ਵਿੱਚ, ਉੱਥੇ ਨੀ ਉੱਠ ਹੋਇਆ ਨਾ ਦੱਸਦਾ ਹੈ ਕਿਹਨੇ ਦਾਤਰ ਮਾਰਿਆ ਸੀ, ਦਾਤਰ ਪਤਾ ਨੀ ਕਿਹੜੇ ਮੁੰਡੇ ਸੀਗੇ ਬਹੁਤ ਜਾਣੇ ਸੀ ਉੱਥੇ ਤਾਂ ਹਾਏ। ਤੇ ਫਿਰ ਮੁੰਡੇ ਨੂੰ ਹਸਪਤਾਲ ਲੈ ਗਏ? ਹੋਸਪਿਟਲ ਲੈ ਗਏ, ਉਲਟੀਆਂ ਕਰਦਾ ਹੈਗਾ, ਹੁਣ ਕਲਾਵਾਂ ਭਰ ਗਿਆ ਆਪਣੇ ਪੁੱਤ ਨੂੰ, ਮੈਂ ਕਿਹਾ ਤੈਨੂੰ ਮੈਂ ਕੁਛ ਨੀ ਹੋਣ ਦਿੰਦੀ। ਕਿੰਨੀ ਉਮਰ ਸੀ ਮੁੰਡੇ ਦੀ? ਹੁਸ਼ਿਆਰਪੁਰ ਭੇਜਿਆ ਸੀ ਉਸ ਤੋਂ ਬਾਅਦ ਉਹ ਡੈਥ ਹੁਸ਼ਿਆਰਪੁਰ ਹੋਈ ਆ? ਹਾਂਜੀ, 6 ਵਜੇ ਨਾਲ ਮੈਨੂੰ ਫੋਨ ਆ ਗਿਆ ਤੇ ਬੋਡੀ ਹੁਸ਼ਿਆਰਪੁਰ ਪਈ ਆ ਹੁਣ? ਹਾਂਜੀ, ਉੱਥੇ ਹੀ ਆ। ਤੇ ਕੋਈ ਕਾਰਵਾਈ ਕੀਤੀ ਪੁਲਿਸ ਨੇ? ਕੋਈ ਆਈ ਪੁਲਿਸ? ਪੁਲਿਸ ਕੋਈ ਨਹੀਂ ਇੱਥੇ ਆਈ। ਅੱਛਾ, ਰਾਤ ਦਾ ਗੱਲਬਾਤ ਹੋਈ, ਪੁਲਿਸ ਤੁਹਾਡੇ ਕੋਲ ਨਹੀਂ ਪਹੁੰਚੀ? ਪੁਲਿਸ ਨਹੀਂ ਪਹੁੰਚੀ, ਪਰਲੇ ਪਰਲੇ ਲੈ ਗਏ ਆ, ਦੋ ਜਣੇ ਕਹਿੰਦੇ ਲੈ ਗਏ ਆ। ਅੱਛਾ, ਦੋ ਜਣੇ ਫੜ ਕੇ ਲੈ ਗਏ ਨਾ? ਹਾਂਜੀ।